ਇਹ ਤੋਂ ਸਰ ਉਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ। ਗਲੋਬਲ ਵਾਰਮਿੰਗ ਜਿਹੜਾ ਹੈ ਉਹ ਕੋਈ ਇੰਨਾ ਛੋਟਾ ਮੁੱਦਾ ਤਾਂ ਹੈ ਨਹੀਂ, ਇਹ ਤਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਸੰਬੰਧ ਰੱਖਦਾ। ਅੱਗੇ ਰਿਪੋਰਟਾਂ ਨੇ ਕਿ ਪੰਜਾਬ ਅਗਲੇ 25-30 ਸਾਲਾਂ 'ਚ ਡੈਜ਼ਰਟ 'ਚ ਬਦਲ ਜੂਗਾ। ਕਲਾਈਮੇਟ ਚੇਂਜ ਕਰਕੇ ਕਿਸਾਨਾਂ ਨੂੰ, ਹੋਰ ਲੋਕਾਂ ਨੂੰ, ਜਿਹੜਾ ਫਸਲਾਂ 'ਤੇ ਅਸਰ ਪੈ ਰਿਹਾ, ਅਤੇ ਜੇ ਸਰਕਾਰ ਜਿਹਦੀ ਰਿਸਪੋਂਸੀਬਿਲਟੀ ਹੈ, ਜਿਹੜੀ ਉਹ ਕਸਮ ਖਾਂਦੇ ਨੇ ਕਿ ਅਸੀਂ ਲੋਕਾਂ ਦੀ ਸੇਵਾ ਕਰਾਂਗੇ, ਜੇ ਆਪਣੀ ਉਸ ਰਿਸਪੋਂਸੀਬਿਲਟੀ ਤੋਂ ਹੱਥ ਧੋ ਰਹੀ ਹੈ ਤਾਂ ਇੱਥੋਂ ਉਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ। ਦੂਜਾ ਇਹ ਪਤਾ ਲੱਗਦਾ ਕਿ ਇੰਨੇ ਗੰਭੀਰ ਮੁੱਦੇ ਨੂੰ ਜਦੋਂ ਇਹ ਇੰਨੀ ਨੋਨ ਸੀਰੀਅਸਲੀ ਲੈਂਦੇ ਆ, ਉੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਜਾਣਕਾਰੀ ਦਾ ਸਤਰ ਕੀ ਹੈ। ਅਤੇ ਜੇ ਉਹ ਕਹਿੰਦੇ ਕਿ NGO ਅਤੇ ਆਮ ਪਬਲਿਕ ਕਰਨ, ਤਾਂ ਆਮ ਪਬਲਿਕ ਮਿਲ ਕੇ ਜੀ ਇਹੋ ਜਿਹੀ ਸਰਕਾਰ ਲਿਆਊਗੀ ਜਿਹੜੀ ਇਸ ਮੁੱਦੇ 'ਤੇ ਕੰਮ ਕਰਨਗੇ, ਅਤੇ ਇਹਨਾਂ ਨੂੰ ਜਵਾਬ ਦਿੱਤਾ ਜਾਊਗਾ। ਸਰ, ਪਿਛਲੇ ਦਿਨ ਰਣਜੀਤ ਸਿੰਘ ਬੁੱਟ ਨੂੰ ਗਲੋਬਲ ਵਾਰਮਿੰਗ ਉੱਤੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨਾ ਸਾਡਾ ਕੰਮ ਨਹੀਂ, NGO ਅਤੇ ਆਮ ਲੋਕਾਂ ਦਾ ਕੰਮ ਹੈ, ਕੀ ਕਹਿਣਾ ਚਾਹੁੰਦੇ? ਉਹਨਾਂ ਦਾ ਬਿੱਟੂ ਜੀ ਦਾ ਕੰਮ ਕੀ, ਉਹਨੂੰ ਇਹ ਪੁੱਛ ਲੈਣਾ ਸੀ ਦੂਸਰਾ ਸਵਾਲ ਵੀ ਗਲੋਬਲ ਵਾਰਮਿੰਗ ਦੇ ਉੱਤੇ ਤੁਹਾਡਾ ਕੰਮ ਕਰਨ ਦਾ, ਤੁਸੀਂ ਆਪਣੇ ਆਪ ਨੂੰ ਮੈਂਬਰ ਪਾਰਲੀਮੈਂਟ ਅਤੇ ਮੈਂਬਰ ਪਾਰਲੀਮੈਂਟ ਇੰਨਾ ਪੂਅਰ ਆਨਸਰ ਦੇਵੇ। ਉਹਨਾਂ ਨੂੰ ਦੂਸਰਾ ਸਵਾਲ ਕਰਨਾ ਸੀ ਵੀ ਤੁਹਾਡਾ ਕੰਮ ਕੀ ਹੈਗਾ, ਉਸ ਕੰਮ ਦੇ ਸੰਬੰਧ ਦੇ ਵਿੱਚ ਉਹਨਾਂ ਤੋਂ ਸਵਾਲ ਕਰ ਲੈਣੇ ਸੀ। ਸੋ ਇਹ ਲੋਕ ਸਿਰਫ ਅਤੇ ਸਿਰਫ ਜਿਹੜੀ ਵੋਟ ਸ਼ਕਤੀ ਇਹਨਾਂ ਨੂੰ ਅਹੁਦਾ ਅਤੇ ਕੁਰਸੀ ਦਿੰਦੀ ਹੈ, ਉਹਦਾ ਇੰਜੋਏ ਕਰਨ ਵਾਸਤੇ ਅਤੇ ਧੰਦਾ ਕਰਨ ਵਾਸਤੇ ਰਾਜਨੀਤੀ ਦੇ ਵਿੱਚ ਆਉਂਦੇ ਆ, ਕੋਈ ਦਿੱਕਤਾਂ ਵਾਸਤੇ ਇਹਨਾਂ ਦਾ ਸਰੋਕਾਰ ਨਹੀਂ ਹੈਗਾ। ਬਹੁਤ ਬੜਾ ਚਿੰਤਾ ਦਾ ਵਿਸ਼ਾ ਜੀ, ਇਹ ਇਕੱਲੀਆਂ ਸਰਕਾਰਾਂ ਦਾ ਵਿਸ਼ਾ ਨਹੀਂ ਗਾ, ਇਹ ਤਾਂ ਇਕੱਲੇ ਇਕੱਲੇ ਬੰਦੇ ਨੂੰ ਸਾਨੂੰ ਸੋਚਣਾ ਪਊਗਾ ਇਸ ਗੱਲ ਦਾ। ਇਹ ਹਰ ਬੰਦੇ ਨੂੰ ਕਿਸ ਤਰੀਕੇ ਨਾਲ ਯੋਗਦਾਨ ਇਹ 'ਚ ਪਾ ਸਕਦਾ, ਉਹ ਪਾਉਣਾ ਪਊਗਾ, ਚਾਹੇ ਇਕੱਲਾ ਸਰਕਾਰਾਂ 'ਤੇ ਪਾ ਕੇ ਕੰਮ ਨਹੀਂ ਚੱਲਣਾ। ਇਹ ਬਹੁਤ ਵੱਡਾ ਅਤੇ ਸੀਰੀਅਸ ਜਿਹੜਾ ਇਸ਼ੂ ਆ। ਅੱਜ ਕਿਸ ਤਰੀਕੇ ਨਾਲ ਤੁਸੀਂ ਦੇਖਿਆ 50-50 ਡਿਗਰੀ 'ਤੇ ਜਿਹੜਾ ਟੈਂਪਰੇਚਰ ਪਹੁੰਚ ਚੁੱਕਿਆ, ਉਹਦੇ ਲਈ ਆਪਾਂ ਕੀ ਕਰਨਾ ਹੈ, ਉਹ ਸਾਨੂੰ ਆਪ ਫੈਸਲੇ ਬਹਿ ਕੇ NGO ਨੂੰ, ਸਾਡੇ ਜਿਹੜੇ ਇੱਕ ਮੁਹੱਲੇ ਦੇ ਜਿਹੜੇ ਗਰੁੱਪ ਬਣੇ ਹੋਏ ਨੇ, ਅਸੀਂ ਉਹਦੇ ਵਿੱਚ ਮੁਹੱਲਾ ਕਮੇਟੀਆਂ ਕੀ ਕਰ ਸਕਦੀਆਂ, ਸਭ ਨੂੰ ਆਪਣਾ ਆਪਣਾ ਦੇਖਣਾ ਪਏਗਾ। ਸਰਕਾਰਾਂ ਦਾ ਰੋਲ ਤਾਂ ਜਿਹੜਾ ਰਹਿਣਾ ਹੀ ਰਹਿਣਾ, ਉਹ ਤਾਂ ਕਰ ਹੀ ਰਹੀਆਂ, ਆਪਣੀਆਂ ਪਹਿਲਾਂ ਵੀ ਕਰ ਰਹੀਆਂ, ਪਰ ਆਪਾਂ ਨੂੰ ਇੱਕ ਹਰ ਮੁਹੱਲਾ ਲੈਵਲ 'ਤੇ ਸੋਚਣਾ ਪਊਗਾ ਵੀ ਅਸੀਂ ਆਪਣਾ ਜਿਹੜਾ ਮੁਹੱਲਾ ਹੈ, ਸਭ ਤੋਂ ਪਹਿਲਾਂ ਆਪਣਾ ਏਰੀਆ ਹੈ, ਉਹਨੂੰ ਕਿਵੇਂ ਪਹਿਲਾਂ ਗ੍ਰੀਨ ਕਰਨਾ ਹੈ, ਕਿਸ ਤਰੀਕੇ ਨਾਲ ਪੋਲਿਊਸ਼ਨ ਰਹਿਤ ਕਰਨਾ ਹੈ, ਉਹ ਸੋਚ ਲਿਆਉਣੀ ਪਊਗੀ।